ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਠਾਕੁਰ ਧਰਮਵੀਰ ਸਿੰਘ ਰਾਣਾ ਪਿਛਲੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸ਼੍ਰੀਮਤੀ ਉਪਦੇਸ਼ ਰਾਣਾ, ਰਾਕੇਸ਼ ਰਾਣਾ, ਦਿਨੇਸ਼ ਰਾਣਾ, ਪੂਨਮ ਰਾਣਾ, ਮੀਨਾ ਰਾਣਾ, ਜਸਵੀਰ ਸਿੰਘ ਰਾਣਾ, ਮੰਗਲੇਸ਼ ਰਾਣਾ, ਕਿਰਨ, ਅਰਨਵ ਰਾਣਾ, ਹਰਸ਼ਿਤਾ ਰਾਣਾ, ਵਿਸ਼ਵ ਰਾਣਾ, ਏਰਾ ਰਾਣਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਕਮਿਊਨਿਟੀ ਹਾਲ ਕਮੇਟੀ ਪਾਰਕ ਮੁਕੇਰੀਆਂ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। पूजन करना चाहिए। भगवान जी कहते हैं कि कथा बाजने वाले की पूजा करने से ही मेरी पूजा होती है, इसमें कोई संशय नहीं है। बाजने वाले के प्रसन्न होने से मैं निस्संदेह प्रसन्न होता हूँ। इति श्री गरुड़ प्राण समाप्तम। सभी उस परम पावन आत्मा की शांति के लिए ठाकुर ਧਰਮਵੀਰ ਸਿੰਘ ਰਾਣਾ ਹੁਣਾਂ ਦਾ ਜਨਮ 13 ਅਪ੍ਰੈਲ 1950 ਨੂੰ ਸ਼੍ਰੀ ਹੰਸਰਾਜ ਰਾਣਾ ਹੁਣਾਂ ਦੇ ਘਰ ਮਾਤਾ ਅਮਰਦੇਵੀ ਹੁਣਾਂ ਦੀ ਕੁੱਖੋਂ ਪਿੰਡ ਕਰਾੜੀ ਨੇੜੇ ਦਾਤਾਰਪੁਰ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਗੜ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪ ਜੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਤੋਂ ਪੂਰੀ ਕਰਨ ਉਪਰੰਤ MA ਹਿਸਟਰੀ ਤੱਕ ਦੀ ਐਜੂਕੇਸ਼ਨ ਹਾਸਲ ਕੀਤੀ। ਉਪਰੰਤ ਆਪ ਜੀ ਆਪਣੇ ਕਾਰੋਬਾਰ ਦੀ ਸੈਟਿੰਗ ਲਈ ਮੁਕੇਰੀਆਂ ਆ ਵਸੇ ਅਤੇ ਇੱਥੇ ਆ ਕੇ ਆਪ ਜੀ ਨੇ ਸਖਤ ਮਿਹਨਤ ਕੀਤੀ ਅਤੇ ਟਰੈਕਟਰ ਦੇ ਸਪੇਅਰ ਪਾਰਟਸ ਦਾ ਕੰਮ ਸ਼ੁਰੂ ਕੀਤਾ। ਆਪ ਜੀ ਦਾ ਵਿਆਹ ਸ਼੍ਰੀਮਤੀ ਉਪਦੇਸ਼ ਰਾਣਾ ਹੁਣਾਂ ਨਾਲ ਹੋਇਆ, ਜੋ ਹਮੇਸ਼ਾ ਹੀ ਆਪ ਜੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ। ਆਪ ਜੀ ਨੇ ਆਪਣੇ ਕਾਰੋਬਾਰ ਵਿੱਚ ਸਖਤ ਮਿਹਨਤ ਕੀਤੀ ਅਤੇ ਖੂਬ ਨਾਮਣਾ ਖੱਟਿਆ। ਮੌਜੂਦਾ ਸਮੇਂ ਵਿੱਚ ਆਪ ਜੀ ਦੀਆਂ 4 ਟਰੈਕਟਰਾਂ ਦੀਆਂ ਏਜੰਸੀਆਂ ਚੱਲ ਰਹੀਆਂ ਹਨ, ਜੋ ਸਭ ਆਪ ਜੀ ਦੀ ਮਿਹਨਤ ਅਤੇ ਲਗਨ ਦੀ ਬਦੌਲਤ ਹਨ ਅਤੇ ਆਪ ਜੀ ਨੂੰ ਨੌਰਥ ਪੰਜਾਬ ਦਾ ਨੰਬਰ 1 ਸੇਲਸਮੈਨ ਦਾ ਖਿਤਾਬ ਵੀ ਹਾਸਿਲ ਹੋ ਚੁੱਕਾ ਹੈ। ਆਪ ਜੀ ਦੇ ਘਰ 2 ਪੁੱਤਰਾਂ ਰਾਕੇਸ਼ ਰਾਣਾ ਅਤੇ ਦਿਨੇਸ਼ ਰਾਣਾ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੱਚੇ ਆਪ ਜੀ ਦੇ ਹੀ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆਂ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ ਅਤੇ ਆਪਣੇ ਪਿਤਾ ਜੀ ਦੇ ਨਾਮ ਨੂੰ ਉੱਚੀਆਂ ਝੁੱਕ ਰਹੇ ਹਨ। ਸ਼੍ਰੀ ਰਾਣਾ ਜੀ ਆਪਣੇ ਕਿੱਤੇ ਪ੍ਰਤੀ ਬਹੁਤ ਹੀ ਵਫਾਦਾਰ ਸਨ, ਉੱਥੇ ਹੀ ਆਪ ਜੀ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਸਨ। ਆਪ ਜੀ ਰਾਜਪੂਤ ਸਭਾ ਸਿਟੀ ਮੁਕੇਰੀਆਂ ਦੇ ਲੰਮਾ ਸਮਾਂ ਪ੍ਰੈਜ਼ੀਡੈਂਟ ਅਤੇ ਫਿਰ ਚੇਅਰਮੈਨ ਰਹੇ। ਸ਼੍ਰੀ ਰਾਣਾ ਬਹੁਤ ਹੀ ਇਮਾਨਦਾਰ ਸਨ ਅਤੇ ਆਪ ਜੀ ਬਹੁਤ ਹੀ ਹਸਮੁਖ ਬਿਰਤੀ ਦੇ ਮਾਲਕ ਸਨ। ਹਮੇਸ਼ਾ ਹੀ ਹਰ ਇੱਕ ਨੂੰ ਖਿੜੇ ਮੱਥੇ ਮਿਲਣਾ ਆਪ ਜੀ ਦਾ ਸੁਭਾਅ ਸੀ। ਆਪ ਜੀ ਬਹੁਤ ਹੀ ਦਾਨੀ ਸਨ ਅਤੇ ਹਮੇਸ਼ਾ ਹੀ ਹਰ ਕਿਸੇ ਨੂੰ ਦਿਲ ਖੋਲ ਕੇ ਦਾਨ ਦਿਆ ਕਰਦੇ ਸਨ। ब्रह्मचारी हो, गृहस्थी हो, वानप्रस्थी हो, सन्यासी हो, राजा हो। ਸ਼੍ਰੀ ਧਰਮਵੀਰ ਸਿੰਘ ਰਾਣਾ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ MLA ਸ਼੍ਰੀਮਤੀ ਇੰਦੂ ਬਾਲਾ, ਜਗਦੀਸ਼ ਰਾਜ ਅਤਰੀ, DSP ਹੁਸ਼ਿਆਰਪੁਰ, ਅਰੁਣੇਸ਼ ਸਾਗਰ,
एक्स मिनिस्टर जीवन ठाकुर डीएसपी पठानकोट, जीवन महाजन एमसी, सुरिंदर खुल्लर, बब्बी बंटी सानी, रंजोत सिंह कुक्कू एक्स वाइस प्रेसिडेंट मुकेरियां नगर कौंसल, जीत नारंग उद्योगपति, मास्टर रमेश तरसेम मिनहास जीवन मिनहास, हलका इंचार्ज बीजेपी मुकेरिया श्री जंगी लाल महाजन हुना ने शिरकत की, परिवार नाल दुख सांझा किया। इस मौके वड्डी गिनती विच उच्च शख्सियतां ने शिरकत कीती अते कुछ शख्सियतां वल्लों उन्हां नूं शरदा दे फुल पेंट कीते। जिथों तक राणा साहब दी गल है, मां राणा साहब दे बारे इक्को गल कहणी चाहना, धर्मवीर जी राणा साहब इन्हां दे बारे, इह इक ऐसा इंसान सी जिन्हें अपने दोहां हत्थां दी जिहड़ी किरत करके ट्रैक्टरां दे स्पेयर पार्ट वेचदा होइआ भोट साहब इत्थे बैठे आ, उन्हां दे घर 11-12 साल किराए दे रहे, ट्रैक्टरां दे स्पेयर पार्ट वेचदे इस वेले मेरा ख्याल आ भी साडा जिहड़ा मकेरियां हलका और उधर हिमाचल दे विच उधर टांडे विच दुसुए विच इह ट्रैक्टरां दी एजेंसी है इहनां दी, ते ट्रैक्टर वेचण डए, इह किन्नी मेहनत कीती होएगी इस शख्स ने। इस गल तों लगदा इहदे बच्चियां ने भी अपने जीवन विच राणे जिहनूं रिक्की राणा जी कहिंदे आ, राकेश कुमार रिक्की और दिनेश कुमार बबलू, इन्हां ने भी अपने पिता के मोढ़े नाल मोढ़ा जोड़ के रज के मेहनत की और उहदा ही नतीजा है कि इस वेले ये परिवार जिहड़ा प्रफुल्लित है समाजिक तरफ तो भी धार्मिक पक्षों भी तो अध्यात्म आर्थिक पक्षों भी इस परिवार जिहड़ा इस वेले बुलंदियां ते है। सिर्फ एक पिता तुहाडे रिश्ते विच एक पिता एक ऐसा रिश्ता जिहड़ा कि बिना किसी भेदभाव के बिना किसी लालच के तुहाडी जिहड़ी आ सेवा करता। मैं राणा जी नूं तुहाडे सारिआं नाल मिल के एक गीत दे रूप विच उहनां नूं अपनी श्रद्धा दे सुमन भेंट करना चाहना। बाप मरे तां सारे हौसले ढह जावण, बाप मरे तां सारे हौसले ढह जावण, पुत्तर धीआं विच मुसीबतां पै जावण, लोक पराए कदे भी नेड़े लगदे नहीं, टुर जावण जद बाप तां मुड़ के लभदे नहीं, टुर जावण जद बाप तां मुड़ के लभदे नहीं। मेरा सन 72 तो इहदे नाल वाह सी जदों स्पेयर पार्ट दी दुकान करदे सी और इत्थे आ के मिंटू जी साडे बड़े दोस्त हैगे आ, इन्हां दोवां दा असीं बड़े तगड़े दोनों तगड़े से, इन्हां दोवां दा असीं घोल लवा देना ते दोनों तगड़े ही कुछ इहदा नाम ढाणा दा नाम ढाणा। ਉਹ ਦਿਨ ਯਾਦ ਆਉਂਦੇ ਹੈ, ਮੈਂ ਰਾਣਾ ਜੀ ਨੂੰ ਪੁੱਛਦਾ ਸੀ ਕਿ ਰਾਣਾ ਜੀ ਅੱਜ ਉਹ ਦਿਨ ਕਦੇ ਸੋਚਿਆ ਸੀ, ਇਹ ਦਿਨ ਵੀ ਆਣ ਕੇ ਮੁੜ ਕੇ ਦੁਬਾਰਾ, ਪਰ ਜੋ ਕੁਦਰਤ ਨੂੰ ਮਨਜ਼ੂਰ ਹੈ ਹੁੰਦਾ ਹੋਈ ਹੈ। ਇਸ ਪਰਿਵਾਰ ਨਾਲ ਬਹੁਤ ਘਨਿਸ਼ਟ ਸੰਬੰਧ ਰਹੇ ਹੈ, ਬਹੁਤ ਜ਼ਿਆਦਾ ਸੰਬੰਧ ਰਹੇ ਹੈ। ਹਰ ਵੇਲੇ ਖੇੜੇ ਮੱਥੇ ਹਰ ਇਨਸਾਨ ਨੂੰ ਮਿਲਣ ਵਾਲੇ ਇਨਸਾਨ, ਅੱਜ ਦਾ ਜਿਹੜਾ ਲਾਮਿਸਾਲ ਇਕੱਠ ਹੈ ਇਹ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਨੇ ਇੱਕ ਛੋਟੇ ਜਿਹੇ ਨਗਰ ਚੋਂ ਇੱਕ ਕਸਬੇ 'ਚੋਂ ਆ ਕੇ ਤਾਂ ਮਕੇਰੀਆਂ ਸ਼ਹਿਰ ਦੇ ਵਿੱਚ ਉਹ ਸਲਤਨਤ ਕਾਇਮ ਕੀਤੀ ਹੈ ਜਿਸ ਨੂੰ ਸ਼ਾਇਦ ਉਹਨਾਂ ਦੇ ਦੋਨੋਂ ਫਰਜ਼ਾਂ ਨੂੰ ਸਾਰੀ ਉਮਰ ਹੰਡਾਣ ਤੋਂ ਮੁੱਕ ਨਹੀਂ ਸਕਦੀ। ਇਹ ਸਬੂਤ ਹੈ ਇਸ ਗੱਲ ਦਾ। ਧਰਮਵੀਰ ਜੀ ਜੋ ਇੱਕ ਬਹੁਤ ਛੋਟੇ ਜਿਹੇ ਪਰਿਵਾਰ 'ਚੋਂ ਪਿੰਡ ਘਰਾਣੀ ਹੈ ਜੋ ਉੱਠ ਕੇ ਉਹਨਾਂ ਨੇ ਜੋ ਆਪਣੀ ਐਜੂਕੇਸ਼ਨ ਇੰਦੌਰ ਦੇ ਵਿੱਚ ਕੀਤੀ ਕਿਉਂਕਿ ਉਹਨਾਂ ਦੇ ਪਿਤਾ ਜੀ ਉੱਥੇ ਸਨ, ਐਮਏ ਕੀਤੀ, ਉਹ ਤੋਂ ਬਾਅਦ ਉਹਨਾਂ ਨੇ ਮੁਕੇਰੀਆਂ ਦੇ ਵਿੱਚ ਆ ਕੇ ਛੋਟੀ ਜਿਹੀ ਦੁਕਾਨ ਅਤੇ ਟਰੈਕਟਰ ਸਪੇਅਰ ਪਾ ਕੇ ਉਹਨਾਂ ਨੇ ਖੋਲ੍ਹੀ ਔਰ ਉੱਥੋਂ ਆਪਣਾ ਗੁਜ਼ਾਰਾ ਸ਼ੁਰੂ ਕੀਤਾ। ਉਹਨਾਂ ਦੇ ਦੋ ਪੁੱਤਰ ਰਿੱਕੀ ਜੀ ਔਰ ਛੋਟਾ ਬੇਟਾ
ਬਬਲੂ ਜੀ ਮੈਂ ਸਮਝਦਾ ਹਾਂ ਪਰਮਾਤਮਾ ਤੇ ਸੱਚੇ ਪਾਤਸ਼ਾਹ ਇਹਨਾਂ ਦੇ ਬੱਚੇ ਹਰੇਕ ਇਨਸਾਨ ਨੂੰ ਹਰੇਕ ਮਾਂ ਪਿਓ ਨੂੰ ਜੋ ਤੁਸੀਂ ਕਾਫੀ ਦਿਨ ਪਹਿਲਾਂ ਦੀ ਗੱਲ ਮੇਰਾ ਕੋਈ ਇਸ ਪਰਿਵਾਰ ਨਾਲ ਬਹੁਤ ਸੰਬੰਧ ਨਹੀਂ ਸੀ ਮੇਰੇ ਮਿੱਤਰ ਸੀਗੇ ਰਜਿੰਦਰ ਅਗਰਵਾਲ ਮੈਂ ਉੱਥੇ ਅਕਸਰ ਉਹਨਾਂ ਕੋਲ ਕਾਫੀ ਦੇਰ ਬੈਠਣਾ ਜਾਣਾ ਗੱਪਸ਼ੱਪ ਵੀ ਲਾਉਣੀ ਕਿ ਬੇਟਾ ਰਕੇਸ਼ ਉੱਥੇ ਇਹਨਾਂ ਕੋਲ ਆਉਂਦਾ ਹੁੰਦਾ ਸੀ ਇੱਕ ਵਾਰੀ ਗੱਲ ਹੋਈ ਕਿ ਇਹਨਾਂ ਕੋਲ ਰਜਿੰਦਰ ਉਹਨਾਂ ਕੋਲ ਇੱਥੇ ਇੱਕ ਸਾਹਮਣੇ ਜਿੱਥੇ ਉਹਨਾਂ ਦੀ ਦੁਕਾਨ ਹੈ ਇੱਥੇ ਜੀ ਟੀ ਰੋਡ 'ਤੇ ਬਰਫ਼ ਦਾ ਕਾਰਖਾਨਾ ਸੀ ਸੇਲ ਕਰਨਾ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਸੇਲ ਕਰਦੇ ਹੋ ਕਹਿੰਦੇ ਸਾਡੇ ਕੋਲ ਕੰਮ ਜ਼ਿਆਦਾ ਤਾਂ ਬੰਦਿਆਂ ਦੀ ਘਾਟ ਹੁੰਦੀ ਹੈ ਕਈ ਵਾਰੀ ਮੁਲਾਜ਼ਮਾਂ ਕੋਲੋਂ ਇਹ ਕੰਮ ਬਣਦੀ ਨਹੀਂ ਗੱਲ ਇਸ ਕਰਕੇ ਸੇਲ ਕਰਦੇ ਇਹ ਰਕੇਸ਼ ਜਾਂਦਾ ਹੁੰਦਾ ਸੀ ਇਹਨੂੰ ਕਹਿਣ ਲੱਗੇ ਵੀ ਤੁਹਾਨੂੰ ਹੀ ਦੇਣਾ ਵੀ ਮੈਨੂੰ ਯਾਦ ਹੈ 15 ਲੱਖ ਰੁਪਏ ਦਾ ਸੌਦਾ ਹੋ ਗਿਆ ਦੂਸਰੇ ਹੀ ਦਿਨ ਉਹਨਾਂ ਕੋਲ ਇੱਕ ਆਦਮੀ ਆਇਆ ਵੀ ਤੁਹਾਨੂੰ 20-22 ਲੱਖ ਰੁਪਇਆ ਦਿੰਦੇ ਹਾਂ ਮੈਨੂੰ ਦੇ ਦਿਓ ਉਹ ਕਹਿਣ ਲੱਗੇ ਨਹੀਂ 2 ਲੱਖ ਹੋਰ ਵਧਾ ਦਿੰਦਾ 22 ਦੇ ਦਿੰਦਾ ਕਹਿੰਦੇ ਨਹੀਂ ਕਹਿੰਦੇ ਤੁਸੀਂ ਕੋਈ ਪੈਸੇ ਨਹੀਂ ਲਏ ਕੋਈ ਲਿਖਾ ਪੜ੍ਹੀ ਨਹੀਂ ਕੀਤੀ ਕੋਈ ਸਾਈ ਨਹੀਂ ਲਈ ਕਹਿਣ ਲੱਗੇ ਸਾਈ ਜ਼ਬਾਨ ਦੀ ਗੱਲ ਹੋ ਗਈ ਉਸ ਬੱਚੇ ਨਾਲ ਮੇਰਾ ਪਿਆਰ ਆ ਮੈਂ ਉਹਨੂੰ ਕਹਿ ਦਿੱਤਾ ਉਹਨੂੰ ਮੈਂ ਇੰਨੇ ਦਾ ਹੀ ਦੇਣਾ ਤੂੰ ਮੈਨੂੰ ਇਹਦੇ ਨਾਲ ਭਾਵਾਂ ਦੋਣੇ ਵੀ ਦੇ ਦੇ ਨਹੀਂ ਦੇ ਇਸੇ ਬੱਚੇ ਨੂੰ ਦਿੱਤਾ ਮੈਂ ਗਿਆ ਇਹਨਾਂ ਦੇ ਘਰ ਅਫਸੋਸ ਕਰਨ ਲਈ ਇਹਨੇ ਰਜਿੰਦਰ ਉਹਨਾਂ ਦਾ ਬੜੀ ਸ਼ਰਧਾ ਦੇ ਨਾਲ ਨਾ ਲਿਆ ਉਹਨਾਂ ਨੂੰ ਯਾਦ ਕੀਤਾ ਉਹਨਾਂ ਦਾ ਆਭਾਰ ਵਿਅਕਤ ਕੀਤਾ ਉਹਨਾਂ ਬਾਰੇ ਕਿ ਉਹਨਾਂ ਨੇ ਸਾਡੇ ਟੱਬਰ ਨੂੰ ਅਸਟੈਬਲਿਸ਼ ਕਰਨ ਵਿੱਚ ਸਾਡੀ ਬਹੁਤ ਮਦਦ ਕੀਤੀ ਧਰਮਵੀਰ ਜੀ ਜਿਨ੍ਹਾਂ ਨੂੰ ਅਸੀਂ ਅੰਕਲ ਜੀ ਕਹਿ ਕੇ ਪੁਕਾਰਦੇ ਸੀ ਉਹ ਥੋੜ੍ਹੇ ਦਿਨ ਪਹਿਲਾਂ ਸਾਡੇ ਤੋਂ ਵਿਛੜ ਗਏ ਔਰ ਸੁਣ ਕੇ ਬੜਾ ਦੁੱਖ ਲੱਗਿਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ 5 ਸਾਲ ਅਤੇ ਇਹਨਾਂ ਨੂੰ ਕਹਿੰਦੇ ਸੀ ਬਿਮਾਰ ਸੀ ਲੇਕਿਨ ਇਹਨਾਂ ਦੇ ਬੇਟਿਆਂ ਨੇ ਬਹੁਤ ਸੇਵਾ ਕੀਤੀ ਜਿਸ ਤਰ੍ਹਾਂ ਡਾਇਲਸਿਸ ਗ੍ਰਾਮ ਜਲੰਧਰ ਜਾਂਦੇ ਸੀ ਕਿਉਂਕਿ ਸਾਡੇ ਚਾਚਾ ਜੀ ਸਵਰਗੀ ਸਵਰਨ ਜੀ ਉਹਨਾਂ ਦੇ ਮਿੱਤਰ ਸੀ ਔਰ ਉਹ ਵੀ ਡਾਇਲਸਿਸ ਕਰਾਉਣ ਜਾਂਦੇ ਸੀ ਔਰ ਇਹ ਵੀ ਡਾਇਲਸਿਸ ਕਰਾਉਣ ਜਾਂਦੇ ਸੀ ਅਤੇ ਹਮੇਸ਼ਾ ਇੱਕ ਦੂਸਰੇ ਦੀ ਹਾਲ ਚਾਲ ਵੀ ਪੁੱਛਦੇ ਰਹਿੰਦੇ ਸੀ ਪਰ ਵਿਲ ਪਾਵਰ ਬੜੀ ਸਟਰੋਂਗ ਸੀ ਇਹਨਾਂ ਦੀਆਂ ਬਹੂਆਂ ਨੇ ਵੀ ਬਹੁਤ ਸੇਵਾ ਕੀਤੀ ਪਰ ਦੁੱਖ ਲੱਗਦਾ ਵਾ ਜਦੋਂ ਇੱਕ ਪਿਤਾ ਦਾ ਦੇਹਾਂਤ ਹੋ ਜਾਂਦਾ ਵਾ ਸਾਡੇ ਤੋਂ ਵਿਛੜ ਜਾਂਦਾ ਲੇਕਿਨ ਪਰਿਵਾਰ ਦੇ ਉੱਤੇ ਹੜ੍ਹ ਜਿਹਾ ਟੁੱਟ ਪੈਂਦਾ ਵਾ ਕਿਉਂਕਿ ਪਿਤਾ ਦੀ ਸ਼ਕਲ ਛਾਇਆ ਅਤੇ ਬੱਚੇ ਬੜੀ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਤੁਹਾਡਾ ਸਾਰਿਆਂ ਦਾ ਜਿੰਨੇ ਕਦਮ ਤੁਸੀਂ ਚੱਲ ਕੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹੋ ਤੁਹਾਡਾ ਸਾਰਿਆਂ ਦਾ ਕੋਟ ਨੂੰ ਕੋਟ ਧੰਨਵਾਦ ਇਸ ਅਰਦਾਸ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ